ਗੜਾ ਵਿਖੇ ਵਾਰਡ ਨੰਬਰ 22 ਚੋਂ ਕਣਕ ਵੰਡੀ ਗਈ। ਇਸ ਮੌਕੇ 'ਤੇ ਵਾਰਡ ਕੌਂਸਲਰ ਪਰਵਦਿਆਲ ਭਗਤ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਨਮਸਕਾਰ ਜੀ, ਮੈਂ ਪ੍ਰਭਦਿਆਲ ਭਗਤ, ਕੌਂਸਲਰ ਵਾਰਡ ਨੰਬਰ 22 ਗੜੇ ਤੋਂ। ਅੱਜ ਅਸੀਂ ਵਾਰਡ ਨੰਬਰ 22 ਦੇ ਵਿੱਚ ਜਿਹੜੀ ਗਵਰਨਮੈਂਟ ਵੱਲੋਂ, ਸਰਕਾਰ ਵੱਲੋਂ 2 ਰੁਪਏ ਕਿਲੋ ਆਟਾ ਦਾ ਸਕੀਮ ਦੇ ਅਧੀਨ ਜਿਹੜੀ ਆ ਕਣਕ ਜਿਹੜੀ ਉਹ ਵੰਡੀ ਜਾਂਦੀ ਆ। ਅੱਜ ਅਸੀਂ ਉਹ ਕਣਕ ਜਿਹੜੀ ਹੈ ਵੰਡਣੀ ਸ਼ੁਰੂ ਕਰਵਾਤੀ ਹੈ, ਹੁਣੇ ਸ਼ੁਰੂ ਕੀਤੀ ਆ। ਸਾਡੇ ਵਾਰਡ ਜਿਹੜਾ ਵਾ, ਗੜੇ ਦਾ ਜਿਹੜਾ ਵਾ, ਉਹ 2 ਹਿੱਸਿਆਂ ਵਿੱਚ ਜਾਂਦਾ ਵਾ। ਜਲੰਧਰ ਦੇ ਜਿਹੜੇ ਸਾਡੇ AFS ਸਾਹਿਬ, ਉਹਨਾਂ ਵਿੱਚ ਵੀ ਔਰ ਕੈਂਟ ਵਿੱਚ ਵੀ। ਇਸ ਲਈ ਇੰਸਪੈਕਟਰ ਵੀ 2 ਹੀ ਆਉਂਦੇ ਆ, ਇੱਕ ਸ਼ਹਿਰ ਵਾਲੇ ਅਲੱਗ ਆਉਂਦੇ ਆ, ਕੈਂਟ ਵਾਲੇ ਅਲੱਗ ਆਉਂਦੇ। ਸ਼ਹਿਰ ਵਾਲੇ ਮੈਡਮ ਵੰਦਨਾ ਜੀ, ਅੱਜ ਤੋਂ ਕੋਈ 2-4 ਦਿਨ ਪਹਿਲਾਂ ਆਪਣੀ ਕਣਕ ਜਿਹੜੀ ਉਹਨਾਂ ਨੇ ਉਹ ਵੰਡ ਕੇ ਚਲੇ ਗਏ ਆ। ਅਤੇ ਅੱਜ ਤੋਂ ਪਹਿਲਾਂ 2-3 ਦਿਨ ਪਹਿਲਾਂ ਆਪਣੇ ਇੰਸਪੈਕਟਰ ਕੈਂਟ ਦੇ ਆ ਗਏ, ਸਤਿੰਦਰ ਜੀ। ਉਹਨਾਂ ਨੇ ਵੀ ਅਸੀਂ ਲੋਕਾਂ ਦੀਆਂ ਪਰਚੀਆਂ ਕੱਢੀਆਂ। ਕੱਲ੍ਹ ਪਰਚੀਆਂ ਜਿਹੜੀਆਂ ਕੰਪਲੇਂਟ ਹੋ ਗਈਆਂ, ਸੰਡੇ ਵੀ ਲਾਇਆ ਉਹਨਾਂ ਨੇ, ਕੱਲ੍ਹ ਪਰਚੀਆਂ ਕੰਪਲੀਟ ਹੋ ਗਈਆਂ। ਅਤੇ ਅੱਜ ਜਿਹੜੀ ਕਣਕ ਹੈ ਉਹ ਲੋਕਾਂ ਨੂੰ ਡਿਸਟ੍ਰੀਬਿਊਟ ਕਰਨ ਦਾ ਜਿਹੜਾ ਉਹ ਅੱਜ ਤੱਕ ਤੱਕ ਦਿਖਾਏ ਗਏ ਆ। ਜਿੱਦਾਂ ਕਿ ਆਪਾਂ ਦੇਖ ਰਹੇ ਹਾਂ ਕਿ ਪਿੱਛੇ ਕਣਕ ਦੀ ਉਮੀਦ ਸ਼ੁਰੂ ਕਰਵਾ ਲਈ ਹੈ, ਹੁਣ ਇਸ ਟਾਈਮ ਟੁੱਟ ਰਹੇ ਜ਼ਰੂਰ ਨੇ। ਲੇਕਿਨ ਅਸੀਂ ਕੀ ਕਹਿੰਦੇ ਹਾਂ, ਅਸੀਂ ਬਿਲਕੁਲ ਦੇਖਦੇ ਹਾਂ ਕਿ ਟਰਾਂਸਪੇਰੈਂਟ ਜਿਹੜਾ ਕੰਮ ਹੋਣਾ ਚਾਹੀਦਾ। ਇਸ ਲਈ ਐਜ਼ ਏ ਵਾਰਡ ਕੌਂਸਲਰ ਹੁੰਦੇ ਹੋਏ ਮੈਂ ਆਪ ਖੁਦ ਨਿਗਰਾਨੀ ਰੱਖਦਾ, ਆਪ ਹੀ ਖੜ੍ਹੇ ਹੋ ਕੇ ਮੈਂ ਕਣਕ ਉਡਾਉਣਾ। ਅਤੇ ਜਿਹੜਾ ਜ਼ਰੂਰਤਮੰਦ ਲੋਕ ਆ, ਜਿਹੜੇ ਸਹੀ ਲੋਕ ਆ, ਉਹਨੇ ਹੱਥਾਂ ਵਿੱਚ ਜਿਹੜੀ ਕਣਕ ਜਾਣੀ ਚਾਹੀਦੀ ਹੈ। ਅਸੀਂ ਕੋਈ ਵੀ ਟਰੱਕ ਜਿਹੜਾ ਵਾ ਉਹ ਡੰਪ ਨਹੀਂ ਕਰਾਉਂਦੇ। ਅਸੀਂ ਲੋਕਾਂ ਦੇ ਬਾਹਰ ਜਦੋਂ ਟਰੱਕ ਆਉਂਦਾ, ਉਸੇ ਦੀ ਹੀ ਲੋਕਾਂ ਦੇ ਸਾਹਮਣੇ ਜਿਹੜੇ ਇੰਸਪੈਕਟਰ ਸਾਹਮਣੇ ਨਾਲ ਲਿਆ ਕੇ ਬਿਲਕੁਲ ਜਿਹੜੀ ਕਣਕ ਜਿਹੜੀ ਬਾਹਰ ਬਣਾਈ ਜਾਂਦੀ ਹੈ। ਇੱਥੇ ਗੁਰੂ ਰਵਿਦਾਸ ਦਾ ਗੁਰਦੁਆਰਾ ਹੈ ਖੁੱਲ੍ਹੇ ਮਹੱਲੇ 'ਚ, ਉਹਨਾਂ ਦਾ ਕਾਫੀ ਵੱਡਾ ਸਪੇਸ ਹੈਗੀ ਹੈ। ਉੱਥੇ ਪੱਖੇ, ਪਾਣੀ, ਸੀਵਰੇਜ ਸਭ ਉਹਨਾਂ ਦਾ ਉੱਥੇ ਮਤਲਬ ਬਣਿਆ ਹੋਇਆ ਹੈ। ਲੋਕਾਂ ਨੂੰ ਪੂਰੀ ਸਿਟੀ ਦੇ ਕੇ ਪਰਚੀਆਂ ਇੱਥੇ ਕਟਾਈਆਂ ਜਾਂਦੀਆਂ, ਲੋਕਾਂ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਦੁਵਿਧਾ ਨਾ ਆਏ। ਇਸ ਲਈ ਮੈਂ ਖੁਦ ਕਿੱਥੇ ਖੜ੍ਹਾ ਹੋ ਕੇ ਉਹਦੀ ਕਣਕ ਜਿਹੜੀ ਉਗਾ ਲਿਆ ਕਿ ਕੋਈ ਵੀ ਹਮੇਸ਼ਾ ਜਿਹੜੀ ਉਹ ਕੰਮ ਜਿਹੜਾ ਨਾ ਉਹ ਪਾਰਸ਼ੈਲਿਟੀ ਨਾ ਕੀਤੀ ਜਾਵੇ, ਪਾਰਦਰਸ਼ੀ ਕੀਤੀ ਜਾਵੇ। ਇਸ ਲਈ ਮੈਂ ਖੁਦ ਖੜ੍ਹਾ ਐਮ ਦਾ ਪਰੇ ਤੱਕ ਜਾ ਕੇ ਘੁੰਮ ਕੇ ਉਹ ਬੰਦੇ ਨੂੰ ਦਿਖਾ ਗਿਆ, ਮੈਂ ਵੀ ਉਹਨੇ ਨਾਲ ਅਟੈਚ ਕਰਨੀ ਹੈ। ਗੜੇ ਤੋਂ ਟਿੰਕੂ ਕੋਮਲ ਦੀ ਰਿਪੋਰਟ। ਬਿਜ਼ਨਸ ਖਾਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ।